ਪੰਜਾਬ ਸਾਰਾ ਤੁਹਾਨੂੰ ਬਹੁਤ ਪਸੰਦ ਕਰਦਾ ਆਇਆ ਤੇ ਪਸੰਦ ਕਰਦਾ ਵੀ ਹੈ। ਹੁਣ ਤੁਸੀਂ ਅੱਜ ਕੱਲ ਹੈ ਕਿੱਥੇ ਹੋ? ਬੜੇ ਟਾਈਮ ਬਾਅਦ ਤੁਸੀਂ ਸਾਨੂੰ ਦਿਖੇ ਹੋ। ਮੈਂ ਆਪਣੀ ਫਰੈਂਡ ਨੂੰ ਕਿਹਾ ਫਰੋਮ ਬੇਬੀ ਟੂ ਬੇਬੇ ਨਾਓ। ਮੈਂ ਉਹਨੇ ਤੁਹਾਨੂੰ ਦੱਸਿਆ ਕਿ ਮੈਂ ਪੰਜਾਬੀ ਫਿਲਮ ਕਰਕੇ ਹੀ ਆਈ ਹਾਂ ਇੱਥੇ। ਮੈਂ ਜਲੰਧਰ ਸ਼ੂਟਿੰਗ ਫਗਵਾੜਾ ਸ਼ੂਟਿੰਗ ਕਰ ਰਹੀ ਸੀ ਐਕਚੁਅਲੀ। ਅਤੇ ਕਿਹੜੀ ਫਿਲਮ ਕਰ ਰਹੇ ਹੋ? ਉਹਦਾ ਟੈਂਟੇਟਿਵ ਟਾਈਟਲ ਹੁਣੇ ਤੱਕ ਹੈ ਚਾਹ ਵਿੱਚ ਚੰਨਾ, ਬਟ ਸ਼ਾਇਦ ਟਾਈਟਲ ਚੇਂਜ ਹੋ ਜਾਏ, ਪੱਕਾ ਨਹੀਂ ਹੈਗਾ। ਬਟ ਗੁੱਗੂ ਗਿੱਲ ਜੀ ਨੇ ਉੱਥੇ, ਵੈਰੀ ਫਾਈਨ ਐਕਟਰ, ਆਈ ਰੀਅਲੀ ਇੰਜੋਇਡ ਵਰਕਿੰਗ ਵਿਦ ਹਿਮ। ਚੀਮਾ ਜੀ ਨੇ ਉੱਥੇ, ਅਤੇ ਜੋ ਮਾਹੌਲ ਹੈ ਪੰਜਾਬ ਦਾ, ਆਈ ਐਮ ਟੈਲਿੰਗ ਯੂ ਨਥਿੰਗ ਲਾਈਕ ਇਟ। ਜਦੋਂ ਵੀ ਪੁਰਾਣੀ ਫਿਲਮਸ ਦੇਖਦੇ ਹਾਂ ਨਾ, ਸਾਨੂੰ ਇੱਦਾਂ ਲੱਗਦਾ ਹੁੰਦਾ ਸੀਗਾ ਕਿ ਯਾਰ ਇਹ ਸੋਹਣੀ ਜੀ ਕੁੜੀ ਕੌਣ ਹੈ, ਮਤਲਬ ਇੱਕ ਕਦੋਂ ਮਿਲੂਗੀ ਸਾਨੂੰ, ਜਾਂ ਅਸੀਂ ਕਦੋਂ ਗੱਲ ਕਰਾਂਗੇ, ਕਦੋਂ ਇਹ। ਅੱਜ ਵੀ ਉਤਨਾ ਹੀ ਹੈ, ਉਹ ਅੱਜ ਵੀ ਜਬ ਸੈਟ ਪੇ ਆਤੀ ਥੀ ਸਭ ਲੋਗ ਮੈਮ ਕੋ ਦੇਖ, ਮਤਲਬ ਯਾਰ ਮੈਨੇ ਅਭੀ ਦੇਖਾ ਯਹਾਂ ਪੇ ਇਨਕੀ ਐਂਟਰੀ ਹੋਈ, ਪੂਰਾ ਕਰਾਊਡ ਏਕਦਮ, ਸਾਰੇ ਕੈਮਰਾਮੈਨਸ ਅੱਗੇ ਪਿੱਛੇ, ਮੈਂ ਕਿਹਾ ਯਾਰ ਬਸ ਇੱਥੋਂ ਦੀ ਲੋਕ ਉੱਠ ਕੇ ਅੱਗੇ ਆ ਗਏ। ਮਤਲਬ ਮੈਮ ਤੁਹਾਡਾ ਇਹ ਔਰਾ ਅੱਜ ਤੱਕ ਕ੍ਰੀਏਟ ਆ, ਇਸ ਚੀਜ਼ ਦੀ ਕਿੰਨੀ ਕਿ ਉਹਨਾਂ ਤੁਹਾਨੂੰ ਖੁਸ਼ੀ ਮਿਲਦੀ ਆ ਹਮੇਸ਼ਾ ਤੋਂ? ਬਿਕੋਜ਼ ਤੁਹਾਡਾ ਜਿਹੜਾ ਸਟਾਰਡਮ ਇੱਕ ਹੁੰਦਾ ਨਾ, ਇੱਕ ਆਰਟਿਸਟ ਵਾਸਤੇ ਉਹਦਾ ਜਿਹੜਾ ਯੂਨੋ ਸਟਾਰਡਮ ਹੁੰਦਾ ਆ, ਚਾਮ ਹੁੰਦਾ ਆ, ਉਹ ਇੱਕ ਟਾਈਮ ਤੱਕ ਕੁਝ ਆਰਟਿਸਟ ਦਾ ਨਹੀਂ ਬਾਏ ਦਾ ਐਟ ਦ ਟਾਈਮ ਬਾਏ ਟਾਈਮ ਚੇਂਜ ਹੁੰਦਾ, ਬਟ ਤੁਹਾਡਾ ਫੋਰਐਵਰ ਦਾ ਫੋਰਐਵਰ ਹੀ ਆ, ਲੋਕੀ ਹਮੇਸ਼ਾ ਤੁਹਾਨੂੰ ਪਸੰਦ ਕਰਦੇ ਆ। ਯੂ ਆਰ ਵੈਰੀ ਕਾਈਂਡ ਆ ਮਸੇ, ਬਟ ਮੈਂ ਕਹਾਂਗੀ ਵਾਹਿਗੁਰੂ ਦੀ ਕਿਰਪਾ ਹੈ। ਬਟ ਆਈ ਥਿੰਕ ਐਜ਼ ਐਨ ਐਕਟਰ ਮੈਂ ਸਮਝਦੀ ਹਾਂ ਕਿ ਲੋਕਾਂ ਨੂੰ ਪਸੰਦ ਆਏ ਕਿਸੇ ਵੀ ਰੋਲ 'ਚ। ਇਸ ਪਿਛਲੀ ਫਿਲਮ ਜੈਸੀ ਸ਼ੂਟਿੰਗ ਕਰਕੇ ਆ ਰਹੀ ਹਾਂ, ਉੱਥੇ ਮੈਂ ਵਾਲ ਚਿੱਟੇ ਕਰਕੇ, ਯੂ ਨੋ, ਆਈ ਵਾਜ ਜੋਕਿੰਗ, ਮੈਂ ਆਪਣੀ ਫਰੈਂਡ ਨੂੰ ਕਿਹਾ ਫਰੋਮ ਬੇਬੀ ਟੂ ਬੇਬੇ ਨਾਓ, ਤਾਂ ਉਹਨੇ ਮੈਨੂੰ ਵਾਪਿਸ ਮੈਸੇਜ ਭੇਜਿਆ ਕਿ ਯੂ ਲੁੱਕ ਐਜ਼ ਗੋਰਜਸ ਐਸ ਬੇਬੇ, ਐਜ਼ ਯੂ ਡਿਡ ਐਸ ਬੇਬੀ, ਇਨਫੈਕਟ ਨੋਟ ਇਫ ਨੋਟ ਬੈਟਰ, ਬਿਕੋਜ਼ ਉਹ ਗੈਟਅਪ ਵੀ ਬੜਾ ਸੋਹਣਾ ਸਾ ਟੱਕਿਆ ਹੋਇਆ ਸਫੇਦ ਵਾਲ ਤੇ। ਤੁਹਾਨੂੰ ਦੇਖ ਕੇ ਨਾ ਕਿੰਨਿਆਂ ਨੇ ਹੁਣ ਬੇਬੀ ਤੋਂ ਬੇਬੇ ਵਰਡ ਚੇਂਜ ਕਰ ਲੈਣਾ ਆ। ਪੰਜਾਬ ਸਾਰਾ ਤੁਹਾਨੂੰ ਬਹੁਤ ਪਸੰਦ ਕਰਦਾ ਆਇਆ ਅਤੇ ਪਸੰਦ ਕਰਦਾ ਵੀ ਹੈ। ਹੁਣ ਤੁਸੀਂ ਅੱਜ ਕੱਲ੍ਹ ਹੈ ਕਿੱਥੇ ਹੋ? ਬੜੇ ਟਾਈਮ ਬਾਅਦ ਤੁਸੀਂ ਸਾਨੂੰ ਦਿਖੇ ਹੋ। ਮੈਂ ਆਪਣੀ ਫਰੈਂਡ ਨੂੰ ਕਿਹਾ ਫਰੋਮ ਬੇਬੀ ਟੂ ਬੇਬੇ ਨਾਓ, ਮੈਂ ਉਹਨੇ ਤੁਹਾਨੂੰ ਦੱਸਿਆ ਕਿ ਮੈਂ ਪੰਜਾਬੀ ਫਿਲਮ ਕਰਕੇ ਆਈ ਹਾਂ ਇੱਥੇ। ਮੈਂ ਜਲੰਧਰ ਸ਼ੂਟਿੰਗ ਫਗਵਾੜਾ ਸ਼ੂਟਿੰਗ ਕਰ ਰਹੀ ਸੀ ਐਕਚੁਅਲੀ। ਅਤੇ ਕਿਹੜੀ ਫਿਲਮ ਕਰ ਰਹੇ? ਉਹਦਾ ਟੈਂਟੇਟਿਵ ਟਾਈਟਲ ਹੁਣੇ ਤੱਕ ਹੈ ਚਾਹ ਵਿੱਚ ਚੰਨਾ, ਬਟ ਸ਼ਾਇਦ ਟਾਈਟਲ ਚੇਂਜ ਹੋ ਜਾਏ, ਪੱਕਾ ਨਹੀਂ ਹੈਗਾ। ਬਟ ਗੁੱਗੂ ਗਿੱਲ ਜੀ ਨੇ ਉੱਥੇ, ਵੈਰੀ ਫਾਈਨ ਐਕਟਰ, ਆਈ ਰੀਅਲੀ ਇੰਜੋਇਡ ਵਰਕਿੰਗ ਵਿਦ ਹਿਮ। ਚੀਮਾ ਜੀ ਨੇ ਉੱਥੇ, ਅਤੇ ਜੋ ਮਾਹੌਲ ਹੈ ਪੰਜਾਬ ਦਾ, ਆਈ ਐਮ ਟੈਲਿੰਗ ਯੂ ਨਥਿੰਗ ਲਾਈਕ ਇਟ। ਜਦੋਂ ਵੀ ਪੁਰਾਣੀ ਫਿਲਮਸ ਦੇਖਦੇ ਹਾਂ ਨਾ, ਸਾਨੂੰ ਇੱਦਾਂ ਲੱਗਦਾ ਹੁੰਦਾ ਸੀਗਾ ਕਿ ਯਾਰ ਇਹ ਸੋਹਣੀ ਜੀ ਕੁੜੀ ਕੌਣ ਹੈ, ਮਤਲਬ ਇੱਕ ਕਦੋਂ ਮਿਲੂਗੀ ਸਾਨੂੰ, ਅਸੀਂ ਕਦੋਂ ਗੱਲ ਕਰਾਂਗੇ, ਕਦੋਂ ਇਹ। ਅੱਜ ਵੀ ਉਤਨਾ ਹੀ ਹੈ, ਉਹ ਅੱਜ ਵੀ ਜਬ ਸੈਟ ਪੇ ਆਤੀ ਥੀ ਸਭ ਲੋਗ ਮੈਮ ਕੋ ਦੇਖ, ਮਤਲਬ ਮੈਨੇ ਅਭੀ ਦੇਖਾ ਯਹਾਂ ਪੇ ਇਨਕੀ ਐਂਟਰੀ ਹੋਈ, ਪੂਰਾ ਕਰਾਊਡ ਏਕਦਮ, ਸਾਰੇ ਕੈਮਰਾਮੈਨਸ ਅੱਗੇ ਪਿੱਛੇ, ਮੈਂ ਕਿਹਾ ਯਾਰ ਬਸ ਇੱਥੋਂ ਦੀ ਲੋਕ ਉੱਠ ਕੇ ਅੱਗੇ ਆ ਗਏ। ਮਤਲਬ ਮੈਮ ਤੁਹਾਡਾ ਇਹ ਔਰਾ ਅੱਜ ਤੱਕ ਕ੍ਰੀਏਟ ਆ, ਇਸ ਚੀਜ਼ ਦੀ ਕਿੰਨੀ ਕਿ ਉਹਨਾਂ ਤੁਹਾਨੂੰ ਖੁਸ਼ੀ ਮਿਲਦੀ ਆ ਹਮੇਸ਼ਾ ਤੋਂ? ਬਿਕੋਜ਼ ਤੁਹਾਡਾ ਜਿਹੜਾ ਸਟਾਰਡਮ ਇੱਕ ਹੁੰਦਾ ਨਾ, ਇੱਕ ਆਰਟਿਸਟ ਵਾਸਤੇ ਉਹਦਾ ਜਿਹੜਾ ਯੂਨੋ ਸਟਾਰਡਮ ਹੁੰਦਾ ਆ, ਚਾਮ ਹੁੰਦਾ ਆ, ਉਹ ਇੱਕ ਟਾਈਮ ਤੱਕ ਕੁਝ ਆਰਟਿਸਟ ਦਾ ਨਹੀਂ ਬਾਏ ਦਾ ਐਟ ਦ ਟਾਈਮ ਬਾਏ ਟਾਈਮ ਚੇਂਜ ਹੁੰਦਾ, ਬਟ ਤੁਹਾਡਾ ਫੋਰਐਵਰ ਦਾ ਫੋਰਐਵਰ ਹੀ ਆ, ਲੋਕੀ ਹਮੇਸ਼ਾ ਤੁਹਾਨੂੰ ਪਸੰਦ ਕਰਦੇ ਆ। ਯੂ ਆਰ ਵੈਰੀ ਕਾਈਂਡ ਆ ਮਸੇ, ਬਟ ਮੈਂ ਕਹਾਂਗੀ ਵਾਹਿਗੁਰੂ ਦੀ ਕਿਰਪਾ ਹੈ। ਬਟ ਆਈ ਥਿੰਕ ਐਜ਼ ਐਨ ਐਕਟਰ ਮੈਂ ਸਮਝਦੀ ਹਾਂ ਕਿ ਲੋਕਾਂ ਨੂੰ ਪਸੰਦ ਆਏ ਕਿਸੇ ਵੀ ਰੋਲ 'ਚ। ਇਸ ਪਿਛਲੀ ਫਿਲਮ ਜੈਸੀ ਸ਼ੂਟਿੰਗ ਕਰਕੇ ਆ ਰਹੀ ਹਾਂ, ਉੱਥੇ ਮੈਂ ਵਾਲ ਚਿੱਟੇ ਕਰਕੇ, ਯੂ ਨੋ, ਆਈ ਵਾਜ ਜੋਕਿੰਗ, ਮੈਂ ਆਪਣੀ ਫਰੈਂਡ ਨੂੰ ਕਿਹਾ ਫਰੋਮ ਬੇਬੀ ਟੂ ਬੇਬੇ ਨਾਓ, ਤਾਂ ਉਹਨੇ ਮੈਨੂੰ ਵਾਪਿਸ ਮੈਸੇਜ ਭੇਜਿਆ ਕਿ ਯੂ ਲੁੱਕ ਐਜ਼ ਗੋਰਜਸ ਐਸ ਬੇਬੇ, ਐਜ਼ ਯੂ ਡਿਡ ਐਸ ਬੇਬੀ, ਇਨਫੈਕਟ ਨੋਟ ਇਫ ਨੋਟ ਬੈਟਰ, ਬਿਕੋਜ਼ ਉਹ ਗੈਟਅਪ ਵੀ ਬੜਾ ਸੋਹਣਾ ਸਾ ਟੱਕਿਆ ਹੋਇਆ ਸਫੇਦ ਵਾਲ ਤੇ। ਤੁਹਾਨੂੰ ਦੇਖ ਕੇ ਨਾ ਕਿੰਨਿਆਂ ਨੇ ਹੁਣ ਬੇਬੀ ਤੋਂ ਬੇਬੇ ਵਰਡ ਚੇਂਜ ਕਰ ਲੈਣਾ ਆ।